ਅਸਲਾਮ ਵਾਲੇਕਮ ਜਨਾਬ, ਮੈਂ ਤੁਹਾਡਾ ਚੌਧਰੀ ਅਤੇ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਹਾਂ ਇੱਥੋਂ ਆਪਣੇ ਰੂਮ ਤੋਂ, ਜਿਹਦਾ ਟੂਰ ਅਸੀਂ ਤੁਹਾਨੂੰ ਪਹਿਲਾਂ ਨਹੀਂ ਕਰਾਇਆ। ਇਹ ਵੇਖੋ, ਉਹ ਬੈਠੇ ਨੇ ਸਾਡੇ ਉਮਰ ਮੁਗਲ ਸਾਹਿਬ ਅਤੇ ਇਹ ਬੈਠੇ ਨੇ ਸਾਡੇ ਉਮੈਰ ਮੁਗਲ ਸਾਹਿਬ। ਅਸਲਾਮ ਵਾਲੇਕਮ। ਅਤੇ ਇਹ ਸਾਡੇ ਡਰੋਨ ਦਾ ਮਸਲਾ ਪਿਆ ਜਿਨ੍ਹਾਂ ਨੇ ਹੱਲ ਕਰ ਲਿਆ। ਕੀ ਬਾਤ ਹੈ, ਹੱਲ ਕਰਨ ਵਾਲਾ ਬੰਦਾ ਉਹ ਸਾਹਮਣੇ ਬੈਠਾ। ਇਹ ਚੌੜਾ ਹੋ ਗਏ, ਚਲਾਇਆ ਤੇ ਅਸੀਂ ਬਚਪਨ ਤੋਂ ਚਲਾ ਰਹੇ, ਲੇਕਿਨ ਇਹ ਰੋਲੇ ਜਿਹੜੇ ਅੱਜ ਤੁਸੀਂ ਦੱਸੇ ਪਹਿਲੀ ਵਾਰੀ ਆਏ। ਡਰੋਨ ਚੱਲ ਪਿਆ, ਅਸੀਂ ਤੁਹਾਨੂੰ ਇਨਸ਼ਾ ਅੱਲਾ ਦਿਆਂਗੇ ਵੀ ਡਰੋਨ ਦਾ ਵੀ। ਹਾਂ ਬਿਲਕੁਲ ਭਾਈ, ਸਾਡੇ ਦੁੱਧ ਵੀ ਪੀ ਰਹੇ ਹੈ, ਉਮਰ ਸਾਹਿਬ ਨੂੰ ਕੱਟੇ ਦਾ ਪਿਆਰ ਹੈ, ਗਜਬ ਬੇਇੱਜ਼ਤੀ ਹੈ। ਚਲੇ ਸ਼ੁਰੂ ਕਰਦੇ ਹੈਂ। ਇਹ ਜੀ ਸਾਡਾ ਜਰਮਨ ਸ਼ਾਫਟ। ਮਰਨਾ ਕਿਆ ਭੋਸੜੀ ਕੇ? ਇਹ ਜੀ ਬੜਾ ਖਤਰਨਾਕ ਹੈ ਆਪਣਾ ਜਰਮਨ ਸ਼ਾਫਟ, ਅਤੇ ਹੁਣ ਅਸੀਂ ਜਾ ਰਹੇ ਹਾਂ ਦੂਸਰੇ ਡੇਰੇ 'ਤੇ। ਇਹ ਪੰਚਾਇਤ ਖਾਨਾ ਹੈ ਜੀ, ਇਹ ਅੱਜ ਡੇਰਾ ਭਖੇਗਾ ਠਹਿਰ ਕੇ ਜੀ। ਉਸ ਤੋਂ ਬਾਅਦ ਇਹ ਦੇਖੋ ਜੀ, ਚਾਚਾ ਚੇਰੇ ਚੋੜੇ ਕਰਕੇ ਬੈਠਾ। ਇਹ ਚਾਚਾ ਜੀ ਉਹ ਖਲੋਤਾ ਦੂਸਰਾ ਡਾਲਾ ਇਹਨਾਂ ਦਾ। ਉਸ ਤੋਂ ਬਾਅਦ ਅਬੇ ਜਲਦੀ ਬੋਲ, ਕੱਲ ਸਵੇਰੇ ਪਨਵੇਲ ਨਿਕਲਣਾ ਹੈ। ਉਹ ਖਰਗੋਸ਼ ਵੀ ਹੈ ਜੀ, ਇਹ ਜੰਗਲੀ ਖਰਗੋਸ਼ ਨੇ। ਸਭ ਜਾ ਰਹੇ ਨੇ ਜੀ ਉਹ ਬਾਗ ਦੇ ਕੋਲ। ਉਸ ਤੋਂ ਬਾਅਦ ਇਹ ਲੱਗੇ ਜੇ ਗੁਲਾਬ ਦੇ ਫੁੱਲ, ਇਹ ਮੋਰਨੀ ਹੈ ਜੀ। ਮਾਰ ਲਏ ਚੁਰ ਸਾਹਿਬ, ਉਹ ਕਿੰਝ ਮਾਰ ਗਏ ਚੁਰ ਸਾਹਿਬ? ਕਿੰਨੇ ਕੁ ਦੂਰ ਹੈ ਆਪਣਾ ਬਾਗ ਰਹਿ ਗਿਆ? ਜਿਮ ਕਿੰਨੇ ਵਜੇ ਜਾਣਾ? ਜਿਮ ਅਸੀਂ ਇਨਸ਼ਾਅੱਲਾ 7 ਵਜੇ ਜਾਣਾ ਹੈਗੇ। ਟ੍ਰਾਂਸਫਰਮੇਸ਼ਨ ਵੀਡੀਓਜ਼ ਵੀ ਆਣਗੇ ਇੱਧਰ ਇੱਧਰ ਮਾਰਨਾ, ਟ੍ਰਾਂਸਫਰਮੇਸ਼ਨ ਵੀਡੀਓਜ਼ ਵੀ ਆਏਗੀ। ਉਹ ਕਹਿੰਦੀ ਕਿ ਮੈਂ ਮੋਟਾ ਹੂੰ ਨਾ, ਪਤਲਾ ਹੋ ਗਿਆ ਦਿਖਾਂਗਾ ਆਪਕੋ, ਤੁਮਸੇ ਨਾ ਹੋ ਪਾਏਗਾ। ਇਹ ਵੇਲੀਆਂ ਹੀ ਛੱਡਦਾ ਰਹਿੰਦਾ ਹੈ ਜੀ। ਮੈਂ ਕੀ ਮੈਂ ਤੁਹਾਨੂੰ ਵਿਖਾਵਾਂਗਾ ਯਾਰ, ਪਤਲਾ ਹੋ ਗਿਆ, ਕੀ ਹੋ ਗਿਆ ਤੁਹਾਨੂੰ? ਜਿਮ ਅਨਕਰੀ ਮੈਂ ਵੀ ਇੱਕ ਚੈਲੰਜ ਸ਼ੁਰੂ ਕਰਨ ਵਾਲਾ, 75 ਹਾਰਡ ਹੋਏਗਾ ਉਹਦੇ ਚੈਲੰਜ ਹੈ, ਉਹਦੇ ਇੱਕ ਵੀਡੀਓ ਲਗਾਈ ਜਾਏਗੀ। ਕੋਈ ਆਲਮੋਸਟ ਇੰਪੋਸੀਬਲ ਚੈਲੰਜ ਹੁੰਦਾ ਹੈ 75 ਹਾਰਡ, ਜਾਣਦੇ ਹੋ ਤੁਸੀਂ ਮੁਗਲ ਸਾਹਿਬ? ਨਹੀਂ, ਇਨਸ਼ਾਅੱਲਾ ਤਾਲਾ ਉਹ ਵੀ ਹੋ ਜਾਏਗਾ ਪ੍ਰੋਪਰ। ਹਰ ਡੇ ਬਾਈ ਡੇ ਉਹਦੀ ਪ੍ਰੋਗਰੈਸ ਚੈੱਕ ਕੀਤੀ ਜਾਏਗੀ ਔਰ ਉਹਨੂੰ ਪੋਸਟ ਵੀ ਕੀਤਾ ਜਾਏਗਾ। ਜੀ ਸਭ ਉਹ ਉਧਰੋਂ ਜਾਏਗਾ ਪਾਣੀ, ਇਹ ਮਿੱਠੇ ਲੱਗੇ ਨੇ ਜੀ। ਚੱਲ ਐਨੇ ਖੱਜ ਮਾਰਨੀ ਹੁੰਦੀ ਪੂਰੇ ਬਲੋਕ 'ਚ, ਉਹ ਮਾਰ ਦਿੱਤੀ ਇਹਨੇ। ਇਹ ਵੀ ਲੱਗਾ ਇੱਕ, ਉਹ ਜਾਮਨੂਆਂ ਦੇ ਬੂਟੇ ਲੱਗੇ ਹੋਏ ਨੇ। ਚਲ ਸਾਹਿਬ ਗੰਨਿਆਂ ਦਾ ਵੀ ਸੀਜ਼ਨ ਆ ਗਿਆ ਹੈ ਨਾ, ਚਲ ਸਾਹਿਬ ਆੜੂ ਨੇ ਸਹੀ ਸਹੀ ਹੋ ਗਿਆ। ਚਲ ਸਾਹਿਬ ਇਹ ਕਿਹੜੀ ਚੀਜ਼ ਹੈ? ਸੁਣਿਆ ਕਰੋ ਤੁਸੀਂ ਬਸ। ਉਸ ਤੋਂ ਬਾਅਦ ਵੇਖੋ ਜੀ ਉਹ ਚਿਰ ਸਾਹਿਬ ਕੀ ਹੈ ਸੰਜੇ ਦੱਤ, ਇਹ ਚਿਰ ਸਾਹਿਬ ਕੀ ਲੱਗਿਆ? ਇਹ ਜੀ ਉਹ ਗ੍ਰੇਪਫਰੂਟ ਕਹਿੰਦੇ ਆ, ਰੈਡ ਬਲੱਡ
ਰੈੱਡ ਬਲੱਡ ਉਹ ਇਹ ਹੁੰਦੇ ਜਿਹੜੇ ਸ਼ੂਗਰ ਵਾਲੇ ਹੁੰਦੇ ਨੇ ਉਹਨਾਂ ਵਾਸਤੇ ਖੂਨ ਵਧਾਉਣਾ ਹੋਵੇ ਆਪਣਾ ਖੂਨ ਸਾਫ਼ ਕਰਨਾ ਹੋਵੇ ਇੱਧਰ ਮਾਰੋ ਨਾ ਜ਼ਰਾ ਇੱਕ ਬਹੁਤ ਅੱਛੀ ਚੀਜ਼ ਹੈ ਉਹਦੇ ਵਾਸਤੇ ਵਾਓ ਇਹ ਆਪਕੋ ਨੰਬਰ ਦੇਣਗੇ ਉਮੈਰ ਮੁਗਲ ਸਾਹਿਬ ਕਾ ਜਿਸਕੋ ਚਾਹੀਏ ਉਹ ਰਾਬਤਾ ਕਰੇ ਸਮਝ ਰਹੇ ਹੋ ਸਮਝ ਰਹੇ ਹੋ ਆਪ ਸਮਝ ਰਹੇ ਹੋ ਇਹ ਉਮੈਰ ਹੈ ਕੀ ਬਣ ਗਿਆ ਚਾਚਾ ਜੀ ਕੀ ਹੋ ਗਿਆ ਹੈ ਚਾਰ ਨਹੀਂ ਜਾਂਦਾ ਜੀ ਚਲੋ ਪੁੱਛਿਓ ਬਸ ਹੀ ਕਰਦੇ ਹਾਂ ਉਹ ਬੈਠਾ ਪਿੱਛੇ ਸਾਡਾ ਕੇਰ ਕੋਰ ਉਹਨੂੰ ਕੋਰ ਕਰੋ ਉਹ ਵਿੱਚ ਬੈਠਾ ਜਿਹੜਾ ਕਿਸੇ ਕੰਮ ਦਾ ਨੀ ਕਿਉਂ ਜੋਤ ਸਾਹਿਬ ये देखें स्विमिंग पूल था एक टाइम में ये स्विमिंग पूल सी ना पूल ही सीगा बस बेटा मर सब तो अंत तक का दिता जाए तो मर जाओगे ये क्या बात करता है यार क्यों मर जाएंगे ऐसी को तोड़े रोक गजब बेइज्जती है नहीं मरदा नहीं मरदा क्यों मरना इन्ना तो हिंदू है ये स्विमिंग पूल सीगा चेक करिए कितना के ਮੇਰਾ ਪੁੱਤਰ ਉਹ ਉਧਰ ਚੜ੍ਹ ਆ ਹੁਣ ਉਹ ਸੀੜੀਆਂ ਇਹ ਕਿਹੜਾ ਫੁੱਲ ਭਰਦੇ ਸੀਗੇ ਐ ਨਿਸ਼ਾਨ ਤੱਕ ਭਰਨਾ ਇਧਰ ਆ ਨੇੜੇ ਆ ਦੇਖੀ ਐ ਨਿਸ਼ਾਨ ਉਹ ਤਾਂ ਕੁਝ ਵੀ ਨਹੀਂ ਕਹਿੰਦੇ ਖਰਾ ਮੰਡਲਾ ਰਹਾ ਮੇਰਾ ਜਰਮਨ ਤੇ ਫਿਲਹਾਲ ਇਸ ਟਾਈਮ ਇਹ ਨਾ ਉਹ ਕਰਦਾ ਆ ਰਿਹਾ ਆਪਣਾ ਜੋਗਿੰਗ ਜੋਗਿੰਗ ਜੰਗਲ ਪਾਣੀ ਕਰਦਾ ਜੰਗਲ ਪਾਣੀ ਇਹ ਉਹ ਜੀ ਜੀ ਜਰਮਨ ਸ਼ਾਫਰਡ ਜੰਗਲ ਪਾਣੀ ਕਰ ਰਿਹਾ ਤੇ ਅਨੇ ਹੋਣਾ ਸਾਡੇ ਆ ਲੀਜੇ ਚੁਰ ਸਾਹਿਬ ਇੱਕ ਸੱਪ ਦਾ ਵੀ ਇੰਟਰਵਿਊ ਕਰਾਣਾ ਓਏ ਆਹੋ ਸਾਡੇ ਇਸ ਇਲਾਕੇ ਵਿੱਚ ਤਕਰੀਬਨ ਇੱਕ ਅਸਧਾ ਰਹਿੰਦਾ ਹੈ ਜੀ ਇਸ ਇਲਾਕੇ ਦੇ ਵਿੱਚ ਇਹ ਕੀ ਬਾਤ ਕਰਦਾ ਯਾਰ ਮੇਰੇ ਮਾਮੂ ਮੇਰੇ ਵਾਲਾ ਸਾਹਿਬ ਇਹਨਾਂ ਦੇ ਬਚਪਨ ਜੁਨਾਂ ਨੇ ਦੇਖਿਆ ਹੋਇਆ ਹਜੇ ਤੱਕ ਉਹ ਹੈਗਾ ਕਿੱਥੇ ਹੈ ਉਹ ਕਹਿ ਰਿਹਾ ਉਹ ਪਿੱਛੇ ਵੇ ਨਹੀਂ ਪੈਂਦਾ ਉਹ ਕਿ ਤਲਾਬ ਦੇਖਿਆ ਉੱਥੇ ਮੈਂ ਆ ਕੇ ਬੇ ਤਲਾਬ ਦੇ ਅੰਦਰ ਤੋਂ ਤਲਾਬ ਦੇ ਅੰਦਰ ਨਹੀਂ ਪੈਰ ਪਿਆ ਯਾਰ ਬਾਬਾ ਜੀ ਚੱਲੇ ਹੋ ਪੈਰ ਦੇ ਵਿੱਚ ਰਹਿੰਦਾ ਹੋਣਾ ਚੱਲ ਗਜਬ ਬੇਇੱਜ਼ਤੀ ਹੈ ਨਹੀਂ ਉਹਨਾਂ ਨੇ ਕਿਹਾ ਕੁੱਤੇ ਨੂੰ ਕਿਹਾ ਹੈ ਅੱਜ ਵਾਲਾ ਹੀ ਮਿੰਟ ਤੇ ਅਬ ਹੋ ਰਿਹਾ ਹਮਾਰਾ ਨਮਾਜ਼ ਕਾ ਟਾਈਮ ਤੋ ਆਪ ਲੋਗੋ ਮੈਨੇ ਕੱਲ ਵੀ ਕਹਾ ਤਾ ਪੰਜਾਬੀ ਹਿੰਦੀ ਇੰਗਲਿਸ਼ ਉਰਦੂ ਸਭ ਚੱਲੇਗਾ ਸੋ ਡੋਨਟ ਵਰੀ ਆਪ ਲੋਗੋ ਨੇ ਘਬਰਾਨਾ ਨਹੀਂ ਹੈ ਠੀਕ ਹੈ ਅਰਬੀ ਵੀ ਚੱਲਦੀ ਥੋੜੀ ਹੋਈ ਮਾਰੇ ਅਰਬੀ ਵਾਲੇ ਭਾਈ ਵੀ ਬੈਠੇ ਹੋਏ ਨਮਾਜ਼ ਪੜ੍ਹ ਰਹੇ ਹਾਂ ਇਸ ਤੋਂ ਬਾਅਦ ਤੁਹਾਨੂੰ ਵਿਖਾਉਂਦੇ ਹਾਂ ਡਰੋਨ ਦੇ ਵਿਊ हम आ गए हैं डेरे से वापस और अभी हमने थोड़ी देर रेस्ट की है और अब जाने लगे हैं जिम फिर आज का व्लॉग हम इधर ही एंड करते हैं तो लाइक सब्सक्राइब शेयर कमेंट और हाँ ज़्यादा बेल आइकन जरूर दबाइएगा बोलना नहीं बाय बाय